ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਨੋਟਸ ਬੀ ਐਡ ਫਰਸਟ ਸੈਮੈਸਟਰ ਦੇ ਨਾਲ ਸੰਬੰਧਿਤ ਹੈ ਉਹਨਾਂ ਦਾ ਜੋ ਸਬਜੈਕਟ ਹੈ ਆਈ ਸੀ ਟੇ ਸਕਿੱਲ ਡਵੈਲਪਮੈਂਟ ਸੋ ਉਸ ਸਬਜੈਕਟ ਦੇ ਨਾਲ ਸੰਬੰਧਿਤ ਇਹ ਨੋਟਸ ਹੈ ਉਹਨਾਂ ਦਾ ਜੋ ਯੂਨਿਟ ਫਰਸਟ ਹੈ ਉਹਦੇ ਵਿੱਚ ਉਹਨਾਂ ਦਾ ਟਾਪਿਕ ਹੈ an introduction to computer need importance nature and advantage so eh wale jehda topic hai eh apan cover karange is notes inna notes de vich so inna notes vich apan sirf jehda hai needs te importance hai thik hai te naal jehda computer da meaning hai onu apan cover karange eh tinne jehdiya jehde topic hai tade inna notes de vich cover ho jaan ge jo tade unit 1 da a part hai ਉੰਦੇ ਵਿੱਚ ਤੁਹਾਡਾ मीनिंग ਆਫ ਕੰਪਿਊਟਰ ਨੀਡਸ ਐਂਡ ਇੰਪੋਰਟੈਂਸ ਕਵਰ ਹੋ ਜਾਵੇਗਾ ਇਹਦੇ ਵਿੱਚ ਇਹਨਾਂ ਨੋਟਸ ਦੇ ਵਿੱਚ ਸੋ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਦੇ ਅਕੋਰਡਿੰਗ ਹੈ ਨੋਟਸ ਸੋ ਹੋ ਸਕਦਾ ਹੋਰ ਵੀ ਕਿਸੇ ਯੂਨੀਵਰਸਿਟੀ ਦੇ ਵਿੱਚ ਸੇਮ ਇਹ ਟਾਪਿਕ ਹੋਣ ਤਾਂ ਉਹਨਾਂ ਦੇ ਲਈ ਵੀ ਹੈਲਪਫੁਲ ਰਹੇਗੀ ਇਹ ਵੀਡੀਓ ਸੋ ਇਸ ਤੋਂ ਪਹਿਲਾਂ ਹੋਰ ਵੀ ਮੈਂ ਬਹੁਤ ਸਾਰੀਆਂ ਵੀਡੀਓਜ਼ ਆ ਜੋ ਉਹਨਾਂ ਨੂੰ ਅਪਲੋਡ ਕੀਤਾ ਹੋਇਆ ਹੈ ਉਹਨਾਂ ਦੀ ਅਲੱਗ ਤੋਂ ਇੱਕ ਪਲੇਲਿਸਟ ਬਣੀ ਹੋਈ ਹੈ ਤਾਂ ਤੁਸੀਂ ਉਸ ਪਲੇਲਿਸਟ ਦੇ ਵਿੱਚੋਂ ਸਾਰੇ ਤੁਹਾਨੂੰ ਨੋਟਸ ਜਿਹੜੇ ਇੱਕ ਥਾਂ ਤੇ ਜਿਹੜੇ ਤੁਹਾਨੂੰ ਮਿਲ ਜਾਣਗੇ ਸੋ ਤੁਸੀਂ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖ ਲਓ ਤੁਹਾਡੇ ਲਈ ਜ਼ਰੂਰ ਹੈਲਪਫੁਲ ਰਹਿਣਗੇ ਸੋ B.Ed ਦੇ ਨਾਲ ਸੰਬੰਧਤ ਹਰ ਇੱਕ ਜਿਹੜੀ ਵੀਡੀਓ ਉਹ ਅਪਲੋਡ ਕੀਤੀ ਹੋਈ ਹੈ ਭਾਵੇਂ ਉਹ ਪ੍ਰੈਕਟੀਕਲ ਫਾਇਲਜ਼ ਦੇ ਨਾਲ ਸੰਬੰਧਤ ਹੋਵੇ ਕੁਐਸਚਨ ਪੇਪਰਸ ਦੇ ਨਾਲ ਸੰਬੰਧਤ ਹੋਵੇ ਸੋ ਨੋਟਸ ਤੇ ਵੀਡੀਓਜ਼ ਘੱਟ ਸੀਗੀਆਂ ਸੋ ਉਹ ਵੀ ਮੈਂ ਹੁਣ ਕੋਸ਼ਿਸ਼ ਕਰ ਰਹੀਆਂ ਕਿ ਤੁਹਾਨੂੰ ਜਲਦ ਤੋਂ ਜਲਦ ਮੈਂ ਪ੍ਰੋਵਾਈਡ ਕਰਵਾ ਦਾਂ ਕਿਉਂਕਿ ਤੁਹਾਡੀ ਡੇਟ ਸ਼ੀਟ ਜਿਹੜੀ ਆਲਮੋਸਟ ਹੈ ਉਹ ਆ ਚੁੱਕੀ ਹੈ ਸੋ ਪ੍ਰੈਕਟੀਕਲ ਦੀ ਜਿਹੜੀ ਤਾਂ ਡੇਟ ਸ਼ੀਟ ਆ ਉਹ ਵੀ ਤੁਹਾਡਾ ਰਿਜ਼ਲਟ ਆ ਜਾਣੀ ਹੈ ਸੋ ਇਹ ਕੰਪਿਊਟਰ ਦੇ ਨਾਲ ਸਬੰਧਿਤ ਨੋਟਸ ਹੈ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਫਰਸਟ ਆ ਗਿਆ ਜੀ ਤੁਹਾਡਾ ਇੰਟਰੋਡਕਸ਼ਨ ਕਿਉਂਕਿ ਮੈਂ ਆਪ ਦੇ ਹਰ ਇੱਕ ਨੋਟਸ ਦੇ ਵਿੱਚ ਦੱਸਦੀ ਹੁੰਦੀਆਂ ਕਿ ਤੁਹਾਡਾ ਇੱਕ ਪੈਟਰਨ ਹੁੰਦਾ ਹੈ ਜੀ ਅਨਸਰ ਨੂੰ ਲਿਖਣ ਦਾ ਸੋ ਸਟਾਰਟਿੰਗ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਲਿਖਣੀ ਹੈ ਡੈਫੀਨੇਸ਼ਨਸ ਲਿਖਣੀ ਹੈ ਫਿਰ ਤੁਸੀਂ ਜੇ ਉਹ ਵੀ ਤੁਹਾਨੂੰ ਪੁੱਛਿਆ ਗਿਆ ਹੁੰਦਾ ਤੁਸੀਂ मीनिंग ਲਿਖਣਾ ਵਾ ਭਾਵੇਂ ਤੁਹਾਨੂੰ मीनिंग ਨਹੀਂ ਵੀ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਪਰ ਤੁਸੀਂ ਜੇਕਰ ਕੰਪਿਊਟਰ ਨਾਲ ਸੰਬੰਧਿਤ ਹੈ ਤਾਂ ਉਹ ਕੰਪਿਊਟਰ ਦਾ ਜ਼ਰੂਰ ਤੁਸੀਂ मीनिंग ਜਿਹੜਾ ਹੈ ਉਹ ਲਿਖਣਾ ਹੈ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਪੁੱਛਿਆ ਗਿਆ ਕੁਐਸਚਨ ਦੇ ਵਿੱਚ ਜੇਕਰ ਨੀਡਸ ਪੁੱਛਿਆ ਗਿਆ ਨੀਡਸ ਲਿਖੋ ਇੰਪੋਰਟੈਂਸ ਪੁੱਛਿਓ ਲਿਖੋ ਐਡਵਾਂਟੇਜ ਲਿਖਿਆ ਉਹ ਪੁੱਛੋ ਲਿਖੋ ਜੋ ਵੀ ਤੁਹਾਨੂੰ ਮਤਲਬ ਪੁੱਛਿਆ ਗਿਆ ਤੁਸੀਂ ਉਹ ਲਿਖਣਾ ਤੇ ਐਨ ਤੇ ਤੁਸੀਂ ਕਨਕਲੂਜਨ ਲਿਖਣਾ ਜਬ ਫਾਈਨਲ ਥਾਟ ਹੈ ਤੁਸੀਂ ਲਿਖਣਾ ਸੋ ਤੁਹਾਡੀ ਲਿਖਾਈ ਇਹ ਸਭ ਲਿਖਣ ਦੇ ਵਿੱਚ ਅਨਸਰ ਲਿਖਣ ਦੇ ਵਿੱਚ ਤੁਹਾਡੀ ਸਾਫ ਸੁਥਰੀ ਹੋਣੀ ਚਾਹੀਦੀ ਹੈ ਸੋ ਇੱਕ ਪੈਟਰਨ ਦੇ ਅਕੋਰਡਿੰਗ ਤੁਸੀਂ ਲਿਖਿਆ ਹੋਣਾ ਚਾਹੀਦਾ ਤੇ ਕੋਈ ਤੁਸੀਂ ਡਾਇਗਰਾਮ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਬਣਾ ਸਕਦੇ ਹੋ ਸੋ ਇੱਕ ਐਗਜ਼ਾਮੀਨਰ ਤੇ ਜ਼ਿਆਦਾ ਜਿਹੜਾ ਇਫੈਕਟ ਹੈ ਉਹ ਪੈਂਦਾ ਤੇ ਤੁਸੀਂ ਜਿਹੜੇ ਆ ਗੁੱਡ ਮਾਰਕਸ ਆ ਉਹ ਤੁਸੀਂ ਕੈਰੀ ਕਰ ਸਕਦੇ ਹੋ 8 ਮਾਰਕਸ ਦਾ ਤੁਹਾਡਾ ਸਿਰਫ ਆਨਸਰ ਹੁੰਦਾ ਹੈ ਸੋ ਉਹਨੂੰ ਤੁਸੀਂ ਬਹੁਤ ਹੀ ਜ਼ਿਆਦਾ ਉਹਨੂੰ ਲੈਂਥ ਦੇਣ ਦੀ ਬਜਾਏ ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਲਿਖੋ ਤਾਂ ਤੁਸੀਂ ਗੁੱਡ ਮਾਰਕਸ ਜਿਹੜੇ ਆ ਕੈਰੀ ਉਹ ਕਰ ਸਕਦੇ ਹੋ ਸੋ ਫਰਸਟ ਆ ਗਿਆ ਜੀ ਇੰਟਰੋਡਕਸ਼ਨ ਅਜੋਕੇ ਯੁੱਗ ਵਿੱਚ ਕੰਪਿਊਟਰ ਦੀ ਬਹੁਤ ਲੋੜ ਹੈ ਸੋ ਕੰਪਿਊਟਰ ਦੇ ਨਾਲ ਸੰਬੰਧਿਤ ਹੈ मीनिंग ਔਨ ਦੇ ਨੀਡਸ ਤੇ ਇੰਪੋਰਟੈਂਸ ਫਰਸਟ ਇਨ ਦੀ ਇੰਟਰੋਡਕਸ਼ਨ ਹੈ ਅਜੋਕੇ ਯੁੱਗ ਵਿੱਚ ਕੰਪਿਊਟਰ ਦੀ ਬਹੁਤ ਲੋੜ ਹੈ ਕੰਪਿਊਟਰ ਦਾ ਮਹੱਤਵ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਕੰਪਿਊਟਰ ਅੱਜ ਦੇ ਸਮੇਂ ਵਿੱਚ ਇੱਕ ਜ਼ਰੂਰਤ ਦੀ ਵਸਤੂ ਬਣ ਗਿਆ ਹੈ। ਕੋਰੋਨਾ ਕਾਲ ਵਿੱਚ ਤਾਂ ਕੰਪਿਊਟਰ ਦੇ ਨਾਲ ਇੰਟਰਨੈਟ ਬਹੁਤ ਹੀ ਮਦਦਗਾਰ ਰੱਖਦੇ ਹਨ। ਕੰਪਿਊਟਰ ਦੇ ਕਾਰਨ ਹੀ ਬੱਚੇ ਆਪਣੀ ਸਟੱਡੀ ਨੂੰ ਆਸਾਨੀ ਨਾਲ ਕਰ ਸਕੇ ਹਨ ਅਤੇ ਬਹੁਤ ਸਾਰੇ ਕੰਮਕਾਰ ਵੀ ਕੰਪਿਊਟਰ ਦੇ ਨਾਲ ਹੋ ਸਕੇ ਹਨ। ਸੋ ਤੁਹਾਨੂੰ ਪਤਾ ਹੀ ਹੈ ਜੀ ਕੰਪਿਊਟਰ ਅੱਜ ਦੇ ਟਾਈਮ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈ। ਤੇ ਜੇਕਰ ਆਪਾਂ ਮੇਨ ਗੱਲ ਕਰੀਏ ਤਾਂ ਜਦੋਂ ਕਰੋਨਾ ਕਾਲ ਸੀਗਾ ਸੋ ਆਨਲਾਈਨ ਉਸ ਟਾਈਮ ਤੇ ਜਿਹੜੀ ਚੀਜ਼ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਸੀਗੀ ਸੋ ਕੰਪਿਊਟਰ ਉਸ ਟਾਈਮ ਦੇ ਵਿੱਚ ਬਹੁਤ ਹੀ ਹੈਲਪਫੁਲ ਰਿਹਾਏ ਆਨਲਾਈਨ ਸਿਸਟਮ ਬਹੁਤ ਹੈਲਪਫੁਲ ਰਿਹਾ ਐ ਨੈਟਵਰਕ ਹੈ ਉਹ ਬਹੁਤ ਹੈਲਪਫੁਲ ਰਿਹਾ ਇੰਟਰਨੈਟ ਬਹੁਤ ਹੈਲਪ ਕੀਤੀ ਹੈ ਸੋ ਬਹੁਤ ਜਿਹੜਾ ਜਿਹੜਾ ਸੌਖੇ ਤਰੀਕੇ ਦੇ ਨਾਲ ਜਿਹੜੇ ਸਟੂਡੈਂਟਸ ਆ ਉਹ ਆਪਦੀ ਜਿਹੜੀ ਸਟੱਡੀ ਨੂੰ ਕਰ ਸਕਦੇ ਨੇ ਠੀਕ ਹੈ ਮੇਨਟੇਨ ਕਰ ਸਕਦੇ ਨੇ ਆਪਣੀਆਂ ਚੀਜ਼ਾਂ ਨੂੰ ਠੀਕ ਹੈ ਸੋ ਬਹੁਤ سارے ਜਿਹੜੇ ਕੰਮ ਐ ਕੰਪਿਊਟਰ ਨੇ ਬਹੁਤ ਹੀ ਜਿਹੜੀ ਆਸਾਨੀ ਦੇ ਨਾਲ ਜਿਹੜੇ ਆਪਾਂ ਕਰ ਸਕਿਆ। ਸੋ ਦੇਨ ਪਰਤੀ ਦੇਨ ਦੀ ਜਿਹੜੀ ਮਹੱਤਤਾ ਹੈ ਉਹ ਵੱਧ ਗਈ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਇੱਕ ਜ਼ਰੂਰਤ ਦੀ ਚੀਜ਼ ਬਣ ਗਈ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਫਾਈਲਜ਼ ਐ ਬਹੁਤ ਪੁਰਾਣੀਆਂ ਫਾਈਲਜ਼ ਹਨ ਉਹਨਾਂ ਨੂੰ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਕੰਮ ਐ ਜਿਹੜੇ ਉਹ ਬਹੁਤ ਜਲਦੀ ਕੰਪਿਊਟਰ ਦੇ ਜ਼ਰੀਏ ਹੋ ਜਾਂਦੇ ਨੇ ਤੁਹਾਡੇ ਕੋਈ ਟੈਸਟ ਹੋਣੇ ਨੇ ਉਹ ਵੀ ਜਿਹੜੇ ਸੌਖੇ ਤਰੀਕੇ ਦੇ ਨਾਲ ਤੁਸੀਂ ਜਿਹੜੇ ਕੱਟ ਪਾਉਨੇ ਆ ਤੁਸੀਂ ਆਪਣੇ ਜਿਹੜੇ ਸਬਮਿਟ ਕਰਵਾਏ ਆ ਤੁਸੀਂ ਆਪਦੇ ਪੇਪਰ ਆਨਲਾਈਨ ਜਿਨ੍ਹਾਂ ਸਟੂਡੈਂਟਸ ਦੇ ਆਨਲਾਈਨ ਐਗਜ਼ਾਮ ਹੋਏ ਨੇ ਉਹ ਆਸਾਨੀ ਨਾਲ ਸਬਮਿਟ ਕਰਵਾ ਪਾਏ ਨੇ ਸੋ ਆਪਾਂ ਆਨਲਾਈਨ ਫਿੱਲ ਕਰਦੇ ਆ জবਸ ਦੇ ਲਈ ਸੋ ਕੰਪਿਊਟਰ ਬਹੁਤ ਹੀ ਜ਼ਿਆਦਾ ਆਪਣੇ ਲਈ ਹੈਲਪਫਲ ਰਹਿੰਦਾ ਤੇ ਸਟੱਡੀ ਦੇ ਵਿੱਚ ਵੀ ਆਪਣੇ ਲਈ ਬਹੁਤ ਹੀ ਜੜੀ ਆਸਾਨੀ ਹੋ ਜਾਂਦੀ ਹੈ ਹੈਨਾ ਫੋਨ ਤੇ ਤਾਂ ਆਪਾਂ ਪੜਦੇ ਆ ਸਭ ਕੁਝ ਫੋਨ ਤੇ ਵੀ ਉਸੇ ਤਰੀਕੇ ਨਾਲ ਦਾ ਪਰ ਜੋ ਕੰਪਿਊਟਰ ਹੈ ਕੰਪਿਊਟਰ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਆਪਾਂ ਨੂੰ ਆਸਾਨੀ ਅੱਜ ਦੇ ਟਾਈਮ ਦੇ ਵਿੱਚ ਹੋ ਰਹੀ ਹੈ ਸੋ ਬੈਂਕ ਦੇ ਵਿੱਚ ਜੋ ਬੈਂਕਿੰਗ ਸਿਸਟਮ ਹੁੰਦਾ ਸਾਰੇ ਜਿਹੜਾ ਕੰਪਿਊਟਰ ਦੇ ਨਾਲ ਹੈ ਕਿਉਂਕਿ ਆਪਣਾ ਜੋ ਸਬਜੈਕਟ ਹੈ ਆਪਾਂ ਬੀ ਐਡ ਕਰ ਰਹੇ ਆ ਤਾਂ ਆਪਣਾ ਜਿਹੜਾ ਸਬਜੈਕਟ ਉਹ ਟੀਚਰ ਸਟੂਡੈਂਟ ਸਕੂਲ ਸਟੱਡੀ ਇਹਦੇ ਆਲੇ ਦੁਆਲੇ ਹੀ ਘੁੰਮੇਗਾ ਤਾਂ ਉਹਦੇ ਨਾਲ ਹੀ ਰਿਲੇਟ ਕਰਕੇ ਆਪਾਂ ਜਿਹੜਾ ਕੰਪਿਊਟਰ ਨੂੰ ਉਹ ਲਿਖਣਾ ਹੈ ਸੋ ਇਹ ਡੈਫੀਨੇਸ਼ਨ ਹੈ ਜੀ ਆਕਸਫੋਰਡ ਡਿਕਸ਼ਨਰੀ ਅਨੁਸਾਰ ਕੰਪਿਊਟਰ ਇੱਕ ਸਵਚਾਲਿਤ ਇਲੈਕਟ੍ਰੋਨਿਕ ਮਸ਼ੀਨ ਹੈ ਜੋ अनेके ਪ੍ਰਕਾਰ ਦੀਆਂ ਤਰਕਪੂਰਨ ਗੁਨਾਵਾਂ ਦੇ ਨਾਲ ਪ੍ਰਯੋਗ ਕੀਤਾ ਜਾਂਦਾ ਹੈ ਸੋ ਤੁਸੀਂ ਆਪਦੀ ਡੈਫੀਨੇਸ਼ਨ ਹਜ਼ ਰੂ ਲਿਖਣੀ ਹੈ ਜੇਕਰ ਤੁਹਾਨੂੰ ਇਸ ਸੌਖੀ ਲੱਗਦੀ ਤਾਂ ਇਹ ਵੀ ਲਿਖ ਸਕਦੇ ਹੋ ਜੇਕਰ ਤੁਹਾਨੂੰ ਹੋਰ ਬੁੱਕਸ ਦੇ ਵਿੱਚ ਸੌਖੀ ਮਿਲ ਰਹੀ ਹੈ ਤਾਂ ਤੁਸੀਂ ਉਹਨੂੰ ਵੀ ਲਿਖ ਸਕਦੇ ਹੋ ਸੋ ਇਹ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਸੋ ਕਿ ਕਾਫੀ ਜਿਹੜੇ ਜਿਹੜੇ ਕੰਮਾਂ ਦੇ ਲਈ ਜਾਂਦਾ ਜਿਹੜਾ ਪ੍ਰਯੋਗ ਹੈ ਉਹ ਕੀਤਾ ਜਾਂਦਾ ਹੈ ਤੋ ਤੁਹਾਡੇ ਅੱਗੇ ਇੱਕ ਰਿਕੁਐਸਟ ਵੀ ਰਹੇਗੀ ਮੇਰੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਹਾਈ ਤੱਕ ਤੁਸੀਂ ਚੈਨਲ ਮੇਰੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਨੈਕਸਟ ਆ ਗਿਆ ਜੀ मीनिंग ਆਫ ਕੰਪਿਊਟਰ ਕੰਪਿਊਟਰ ਸ਼ਬਦ ਦੀ ਉਤਪਤੀ ਲਾਟਿਨ ਭਾਸ਼ਾ ਦੇ ਸ਼ਬਦ ਕੰਪਿਊਟਰ ਤੋਂ ਹੋਈ ਹੈ ਜਿਸ ਦਾ ਅਰਥ ਹੈ ਗੱਣਾ ਕਰਨਾ ਕੰਪਿਊਟਰ ਇੱਕ ਅਜਿਹਾ ਜੰਤਰੀਕ ਉਪਕਰਨ ਹੈ ਜਿਹੜਾ ਭਾਰੀ ਮਾਤਰਾ ਵਿੱਚ ਅੰਕੜਿਆਂ ਨੂੰ ਪੜ੍ਹ ਅਤੇ ਲਿਖ ਜਮਾ ਅਤੇ ਸਮਝ ਤੁਲਨਾ ਅਤੇ ਗੱਣਾ ਕਰ ਸਕਦਾ ਹੈ ਸੋ ਕੰਪਿਊਟਰ ਜੋ ਸ਼ਬਦ ਆਉਂਦੀ ਉਤਪਤੀ ਹੈ ਲਾਟਿਨ ਭਾਸ਼ਾ ਦੇ ਸ਼ਬਦ ਕੰਪਿਊਟ ਤੋਂ ਹੋਈ ਹੈ ਤੇ ਕੰਪਿਊਟਰ ਦਾ ਅਰਥ ਹੈਗਾ ਜੀ ਗੱਣਾ ਕਰਨਾ ਸੋ ਇੱਕ ਅਜਿਹਾ ਜਿਹੜਾ ਜੰਤਰ ਹੈ ਜੋ ਕਿ ਅੰਕੜਿਆਂ ਨੂੰ ਪੜ੍ਹ ਸਕਦਾ ਲਿਖ ਸਕਦਾ ਉਹਦੇ ਵਿੱਚ ਆਪਾਂ ਕੁਝ ਵੀ ਸੇਵ ਕਰਕੇ ਰੱਖ ਸਕਦੇ ਹਾਂ ਦੀਕਾ ਤੁਲਨਾ ਕਰ ਸਕਦੇ ਆ ਜੋ ਆਪਾਂ ਗਿਣਤੀ ਕਰ ਸਕਦੇ ਆ ਸੋ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਜਿਹੜੇ ਆਪਦੇ ਕੰਮ ਹੈ ਉਹ ਕਰ ਸਕਦੇ ਆ ਸੋ ਇੱਕ ਛੋਟੀ ਜੀ ਡਾਇਗਰਾਮ ਬਣੀ ਹੋਈ ਹੈ ਇਨਪੁਟ ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਇਨਪੁਟ ਦਿੰਨੇ ਆ 5+2 5+2 ਦੇ ਉਦਬਤ ਪ੍ਰਸਾਸ ਕਰਦਾ ਕੰਪਿਊਟਰ ਠੀਕ ਹੈ ਸੋਚਦਾ ਹੈ ਉਹ ਸੋ ਪੂਰਾ ਵਰਕ ਕਰਦਾ ਉਸ ਤੋਂ ਬਾਅਦ ਆਪ ਨੂੰ ਆਉਟਪੁੱਟ ਉਹ ਦੇ ਦਿੰਦਾ ਸੋ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਨੂੰ ਜਿਹੜੀ ਅਨਸਰ ਹੈ ਉਹ ਦੇ ਦਿੰਦਾ ਤੇ ਬਹੁਤ ਹੀ ਜਲਦੀ ਤੇ ਘੱਟ ਸਮੇਂ ਦੇ ਵਿੱਚ ਆਪਾਂ ਨੂੰ ਅਨਸਰ ਪ੍ਰੋਵਾਈਡ ਕਰਵਾ ਦਿੰਦਾ ਸੋ ਕੰਪਿਊਟਰ ਅਜ ਦੇ ਟਾਈਮ ਦੇ ਵਿੱਚ ਅੱਜ ਦੇ ਜੋ ਕੰਮ ਕਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਸੋ ਜਲਦੀ ਕੰਮ ਕਰ ਲਈ ਤੇਜ਼ ਗਤੀ ਦੇ ਨਾਲ ਕੰਮ ਕਰ ਲਈ ਕੰਪਿਊਟਰ ਹੈ ਜੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਹੈਲਪਫੁਲ ਹੈ ਇਸ ਉਦਾਹਰਨ ਅਨੁਸਾਰ ਇੱਕ ਜਾਣਕਾਰੀ ਜਾਂ ਸੂਚਨਾ ਇਨਪੁਟ ਦੁਆਰਾ ਦਿੱਤੀ ਜਾਂਦੀ ਹੈ 5+2 ਜਿਸ ਵਿੱਚ ਕਿਰਿਆ ਪ੍ਰੋਸੈਸ ਵੀ ਸ਼ਾਮਿਲ ਹੁੰਦੀ ਹੈ ਪ੍ਰੋਸੈਸ ਤੋਂ ਬਾਅਦ 7 ਉੱਤਰ ਦਾ ਆਉਟਪੁੱਟ ਪ੍ਰਾਪਤ ਹੁੰਦਾ ਹੈ ਸੋ ਇਹ ਜਿਹੜਾ ਡਾਇਗਰਾਮ ਬਣੀ ਹੋਈ ਸੀ ਉਹਨੇ ਦੱਸਿਆ ਕਿ ਇਨਪੁਟ ਦੇ ਵਿੱਚ ਆਪਾਂ ਇਨਪੁਟ ਦੇਦੇ ਆਪਾਂ ਨੂੰ ਕੁਝ ਕਮਾਂਡ ਦੇਣੇ ਆ ਆਪਾਂ ਲਿਖਦੇ ਆ ਹੈ ਨਾ ਉਸ ਤੋਂ ਬਾਅਦ ਉਹ ਪ੍ਰੋਸੈਸ ਕਰਦਾ ਤੇ ਫਿਰ ਆਪਾਂ ਨੂੰ ਜਿਹੜਾ ਆਨਸਰ ਹੈ ਬਹੁਤ ਹੀ ਜਲਦੀ ਪ੍ਰੋਵਾਈਡ ਕਰਵਾ ਦਿੰਦਾ ਹੈ ਉਸ ਵਰ ਕੰਪਿਊਟਰ ਦੇ ਲਈ ਇੱਕ ਫਿਰ ਛੋਟੀ ਜੀ ਡਾਇਗਰਾਮ ਹੀ ਲਗਾ ਲਓ ਇਹਨੂੰ ਵੀ ਸੋ ਕੰਪਿਊਟਰ ਦੀ ਜਿਹੜੀ ਫੁੱਲ ਫਾਰਮ ਹੈ ਉਹ ਲਿਖੀ ਹੋਈ ਹੈ ਤੁਸੀਂ ਵੀ ਆਪਣੀ ਐਗਜ਼ਾਮ ਦੇ ਵਿੱਚ ਲਿਖ ਸਕਦੇ ਆ ਸੀ ਕਾਮਨਲੀ ਆਪ ઓਪਰੇਸ਼ਨ ਐਮ ਮਸ਼ੀਨ ਪੀ ਪਾਰਟਿਕੂਲਰ ਯੂ ਯੂਜ਼ਡ ਫॉर ਟੀ ਟੈਕਨਿਕਲ ਈ ਐਜੂਕੇਸ਼ਨ ਆਰ ਰਿਸਰਚ ਸੋ ਇਹਦੀ ਜਿਹੜੀ ਕੰਪਿਊਟਰ ਦੀ ਫੁੱਲ ਫਾਰਮ ਹੈ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਸੋ ਐਗਜ਼ਾਮੀਨਰ ਜੋ ਵੀ ਤੁਹਾਡੇ ਐਗਜ਼ਾਮ ਚ ਚੈੱਕ ਕਰਦਾ ਉਹਨੂੰ ਇਹ ਪਤਾ ਲੱਗਦਾ ਕਿ ਜੋ ਸਟੂਡੈਂਟਸ ਆ ਉਹਨੂੰ ਨੌਲੇਜ ਕੰਪਿਊਟਰ ਦੇ ਬਾਰੇ ਦੇ ਵਿੱਚ ਹੈਗੀ ਆ ਸੋ ਮੇਨ ਮੇਨ ਜੋ ਗੱਲਾਂ ਨੇ ਇੰਪੋਰਟੈਂਟ ਗੱਲਾਂ ਨੇ ਸੋ ਉਹਨਾਂ ਨੂੰ ਤੁਸੀਂ ਅਲੱਗ ਤੋਂ ਜੋ ਇੱਕ ਡਾਇਗਰਾਮ ਦਾ ਰੂਪ ਦੇ ਕੇ ਉਹਨਾਂ ਨੂੰ ਤੁਸੀਂ ਲਿਖ ਸਕਦੇ ਹੋ ਉਹਦਾ ਇਹਦੇ ਲਈ ਤੁਸੀਂ ਪੈਨਸਲ ਦਾ ਸਕੇਲ ਦਾ ਯੂਜ਼ ਵੀ ਕਰ ਸਕਦੇ ਹੋ ਸੋ ਗੇ ਡੈਫੀਨੇਸ਼ਨ ਹੈ ਜੀ ਵੀ ਗੁਪਤਾ ਦੇ ਅਨੁਸਾਰ ਕੰਪਿਊਟਰ ਇੱਕ ਇਲੈਕਟ੍ਰੋਨਿਕ ਉਪਕਰਨ ਹੈ ਜੋ ਮਾਨਵੀ ਦਖਲ ਤੋਂ ਬਿਨਾ ਹੀ ਗਜਬ ਦੀ ਰਫਤਾਰ ਨਾਲ ਜਟਿਲ ਜਾਣਕਾਰੀ ਨੂੰ ਪ੍ਰੋਸੈਸ ਕਰਕੇ ਹੱਲ ਕਰ ਸਕਣ ਵਿੱਚ ਸਮਖਸ਼ਾ ਸੋ ਕੰਪਿਊਟਰ ਇੱਕ ਇਲੈਕਟ੍ਰੋਨਿਕ ਉਪਕਰਨ ਹੈ ਇਹਦੇ ਵਿੱਚ ਜੋ ਕਹਿੰਦੇ ਆ ਕਿ ਮਨੁੱਖ ਦੀ ਦਖਲਅੰਦਾਜ਼ੀ ਨਹੀਂ ਹੁੰਦੀ ਜਦੋਂ ਵੀ ਉਹ ਪ੍ਰੋਸੈਸ ਕਰਦਾ ਹੈ ਸੋ ਆਪਦਾ ਹੀ ਉਹ ਆਪਣੀ ਇਹ ਪ੍ਰੋਸੈਸਿੰਗ ਦੇ ਵਿੱਚ ਆਪਣੀ ਹੀ ਉਹ ਮਾਈਂਡ ਦੇ ਨਾਲ ਉਹ ਜੋ ਵੀ ਆਪਾਂ ਉਹਨੂੰ ਕਮਾਂਡ ਦਿੰਨੇ ਆ ਉਹਨੂੰ ਜਿਹੜਾ ਉਹ ਸੋਲਵ ਕਰਦਾ ਇਹਦੇ ਵਿੱਚ ਜਿਹੜਾ ਮਨੁੱਖੀ ਆ ਕੋਈ ਵੀ ਜਿਹੜਾ ਦਖਲ ਅੰਦਾਜ਼ੀ ਨਹੀਂ ਹੁੰਦੀ ਜਦੋਂ ਕਿ ਉਹ ਪ੍ਰੋਸੈਸ ਕਰ ਰਿਹਾ ਹੁੰਦਾ ਹੈ ਸੋ ਜੋ ਵੀ ਉਹਨੂੰ ਤੁਸੀਂ ਕਮਾਂਡ ਦਿੰਨੀਓ ਸੋ ਉਹਨੂੰ ਉਹ ਕੰਪਲੀਟ ਕਰਦਾ ਹੈ ਅੱਗੇ ਆ ਗਿਆ ਜੀ ਨੀਡ ਐਂਡ ਇੰਪੋਰਟੈਂਸ ਆਫ ਕੰਪਿਊਟਰ ਸੋ ਵੈਸੇ ਤਾਂ ਸਾਰੇ ਸਟੂਡੈਂਟਸ ਨੂੰ ਪਤਾ ਹੀ ਹੋਊਗਾ ਕੰਪਿਊਟਰਸ ਦੀਆਂ ਨੀਡਸ ਤੇ ਇੰਪੋਰਟੈਂਸ ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜਾ ਸੌਖਾ ਅਨਸਰ ਹੋਵੇਗਾ ਇਹ ਸੋ ਫਰਸਟ ਆ ਗਿਆ ਜੀ ਸਿੱਖਿਆ ਨੀਡ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦਾ ਐਮ ਯੋਗਦਾਨ ਹੈ ਸਕੂਲਾਂ ਕਾਲਜਾਂ ਅਤੇ ਜਮਾਤਾਂ ਦੇ ਕਮਰਿਆਂ ਵਿੱਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਦੇ ਆਪਕਾ ਦੇ ਵਿਦਿਆਰਥੀ ਦੋਨਾਂ ਦੇ ਲਈ ਹੀ ਇਹ ਬਹੁਤ ਲਾਹੇਵੰਦ ਹੈ ਸੋ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਜ਼ਰੂਰਤ ਹੈ ਕੰਪਿਊਟਰ ਦੀ ਸਕੂਲਾਂ ਕਾਲਜਾਂ ਸਭ ਥਾਵਾਂ ਤੇ ਜਿਹੜੀ ਇਹਦੀ ਜਿਹੜੀ ਬਹੁਤ ਜ਼ਰੂਰਤ ਹੈ ਸਕੂਲਾਂ ਕਾਲਜਾਂ ਤੋਂ ਇਲਾਵਾ ਬਾਕੀ ਬੈਂਕਿੰਗ ਸੈਕਟਰ ਦੇ ਵਿੱਚ ਜੋ ਆਫਿਸ ਜੋ ਵਰਕ ਹੁੰਦੇ ਨੇ ਉੱਥੇ ਵੀ ਜਿਹੜੀ ਕੰਪਿਊਟਰ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲੋੜ ਹੈ ਅਦੇ ਆਪਕਾ ਦੇ ਵਿਦਿਆਰਥੀ ਦੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਜਿਹੜਾ ਲਾਹੇਵੰਦ ਹੈ ਸੋ ਨੈਕਸਟ ਆ ਗਿਆ ਜੀ ਕਲਾ ਖੇਤਰ ਦੁਨੀਆ ਦੀਆਂ ਹਰ ਕਲਾ ਦੀਆਂ ਵਸਤੂਆਂ ਨੂੰ ਕੰਪਿਊਟਰ ਦੁਆਰਾ ਪ੍ਰਸਤੁਤ ਕੀਤਾ ਜਾ ਸਕਦਾ ਹੈ ਕੰਪਿਊਟਰ ਦੁਆਰਾ ਕਲਾ ਦੇ ਨਮੂਨੇ ਬਿਲਡਿੰਗ ਗ੍ਰਾਫ ਤਿਆਰ ਕੀਤੇ ਜਾਂਦੇ ਹਨ ਸੋ ਇਹਦੇ ਵਿੱਚ ਕਲਾ ਖੇਤਰ ਵੀ ਹੈ ਸੋ ਦੁਨੀਆ ਦੇ ਜੋ ਕਲਾ ਖੇਤਰ ਹੈ ਉਹਦੇ ਵਿੱਚ ਵੀ ਕੰਪਿਊਟਰ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਹੈ ਹਲਪਫੁਲ ਰਹਿੰਦਾ ਕਿਉਂਕਿ ਕੰਪਿਊਟਰ ਦੇ ਜੁੜੀ ਗਈ ਆਪਾਂ ਜਿਹੜਾ ਇਹ ਪਾਵਰਪੁਆਇੰਟ ਦੇ ਰਾਹੀਂ ਜਾਂ ਆਪਾਂ ਫੋਟੋਸ਼ਾਪ ਦੇ ਰਾਹੀਂ ਸੋ ਬਹੁਤ سارے ਜਿਹੜੇ ਆਪਾਂ ਡਿਜ਼ਾਈਨ ਆ ਉਹ ਤਿਆਰ ਕਰਦੇ ਆ ਫੋਟੋਸ਼ਾਪ ਦੇ ذریعے ਸੋ ਬਹੁਤ سارے ਜਿਹੜੇ ਗ੍ਰਾਫ ਬਣਾ ਲੈਣੇ ਆ ਆਪਾਂ ਠੀਕ ਹੈ ਜੋ ਪੋਸਟਰ ਦੇ ਜੋ ਡਿਜ਼ਾਈਨ ਤਿਆਰੀ ਹੁੰਦੇ ਨੇ ਸੋ ਜੋ ਮੈਂ ਕਵਰ ਫੋਟੋਜ਼ ਤਿਆਰ ਕਰਦੀ ਆ ਸੋ ਬਹੁਤ ਸਾਰੇ ਜੋ ਅ ਆਪਣੀ ਜੋ ਵੀਡੀਓਸ ਤੇ ਮੈਂ ਕਵਰਸ ਲਗਾਨੀਆਂ ਸੋ ਬਹੁਤ ਹੀ ਜਿਹੜੇ ਹੈਲਪਫੁਲ ਰਹਿੰਦੇ ਆ ਕਲਾ ਖੇਤਰ ਦੇ ਵਿੱਚ ਇਹਦੀ ਬਹੁਤ ਹੀ ਜ਼ਿਆਦਾ ਮਤਵ ਹੈ ਤੇ ਸਟੱਡੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਇਹਦੀ ਬਹੁਤ ਹੀ ਜ਼ਿਆਦਾ ਜਿਹੜਾ ਹੈ ਹੈਲਪਫੁਲ ਰਹਿੰਦਾ ਕਿਉਂਕਿ ਇਹਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕਲਾ ਖੇਤਰ ਦੇ ਵਿੱਚ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਸਕੋਪ ਹੈ ਜੇਕਰ ਤੁਸੀਂ ਕੰਪਿਊਟਰ ਲਾਈਨ ਦੇ ਵੱਲ ਵਿੱਚ ਜਾਣੇ ਹੋ ਹਨ ਤਾਂ ਉਸ ਟਾਈਮ ਦੇ ਵਿੱਚ ਵੀ ਜਿਹੜਾ ਕੰਪਿਊਟਰ ਹੈ ਉਹ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿੰਦਾ ਹੈ ਮੋਸਤੋ ਗਿਆ ਗਿਆ ਜੀ ਵਿਗਿਆਨਿਕ ਕਿਰਿਆਵਾਂ ਵਿਗਿਆਨ ਦੇ ਵਿੱਚ ਖੋਜਾਂ ਕਰਨ ਵਿੱਚ ਵੀ ਕੰਪਿਊਟਰ ਦੀ ਬਹੁਤ ਲੋੜ ਹੈ ਕੰਪਿਊਟਰ ਦੀ ਸਹਾਇਤਾ ਨਾਲ ਵੀ ਨਵੇਂ ਖੋਜ ਨੂੰ ਪ੍ਰਸਤੁਤ ਕੀਤਾ ਜਾਂਦਾ ਹੈ ਵਿਗਿਆਨਕ ਹਰੇਕ ਕੰਮ ਦਾ ਪਲੀਖਣ ਕੰਪਿਊਟਰ ਦੁਆਰਾ ਕਰਦੇ ਹਨ ਸੋ ਵਿਗਿਆਨ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਪਿਊਟਰ ਦੀ ਜ਼ਰੂਰਤ ਹੈ ਸੋ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਖੋਜਾਂ ਨੇ ਆ ਕੰਪਿਊਟਰ ਦੇ ਜ਼ਰੀਏ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਜਿਵੇਂ ਕਿ ਆਪਣਾ ਜੋ ਸਿਸਟਮ ਹੈ ਨਾ ਐਨਵਾਇਰਨਮੈਂਟ ਦੇ ਵਿੱਚ ਜੋ ਆਪਾਂ ਜੋ ਚੰਦਰਮਾ ਤੇ ਜੋ ਵਿਗਿਆਨੀ ਜੋ ਭੇਜਦੇ ਨੇ ਹਨਾ ਸੋ ਉੱਥੇ ਜਾ ਕੇ ਉਹ ਖੋਜਾਂ ਹੁੰਦੀਆਂ ਸੋ ਕੰਪਿਊਟਰ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿੰਦਾ ਹੈ ਸੋ ਉੱਥੇ ਬਹੁਤ سارے ਜਿਹੜੇ ਜੰਤਰ ਹੈ ਉਹ ਭੇਜੇ ਜਾਂਦੇ ਨੇ ਆਪਣੀ ਧਰਤੀ ਤੋਂ ਤੋਂ ਬਾਹਰ ਭੇਜੇ ਜਾਂਦੇ ਨੇ ਜੋ ਸੋ ਐਨਵਾਇਰਨਮੈਂਟ ਦੇ ਵਿੱਚ ਭੇਜੇ ਜਾਂਦੇ ਨੇ ਸੋ ਉਹਨਾਂ ਸਭ ਖੋਜਾਂ ਦੇ ਵਿੱਚ ਜਿਹੜਾ ਕੰਪਿਊਟਰ ਹੈ ਬਹੁਤ ਹੀ ਜਿਹੜਾ ਐਮ ਰੋਲ ਆਪਣਾ ਅਦਾ ਕਰਦਾ ਹੈ ਨੈਕਸਟ ਆ ਗਿਆ ਜੀ ਮਿਲਟਰੀ ਮਿਜ਼ਾਇਲ ਲਈ ਪ੍ਰਯੋਗ ਕੰਪਿਊਟਰ ਦਾ ਪ੍ਰਯੋਗ ਮਿਜ਼ਾਇਲ ਨਿਯੰਤਰਣ ਅਤੇ ਸੈਨਿਕ ਜੋੜਨਾ ਬੰਦੀਆਂ ਅਤੇ ਸੈਨਿਕ ਸੰਚਾਰ ਦੇ ਲਈ ਵੀ ਕੀਤਾ ਜਾਂਦਾ ਹੈ ਸੋ ਕੰਪਿਊਟਰ ਦਾ ਜਿਹੜਾ ਪ੍ਰਯੋਗ ਹੈ ਉਹ ਮਿਲਟਰੀ ਦੇ ਲਈ ਦੀ ਮਿਜ਼ਾਇਲਾਂ ਦੇ ਲਈ ਬਹੁਤ ਹੀ ਜ਼ਿਆਦਾ ਜਿਹੜਾ ਲਾਇਬੰਦ ਰਹਿੰਦਾ ਸੋ ਜੋ ਮਿਜ਼ਾਇਲ ਨੂੰ ਜੋ ਨਿਯੰਤਰਣ ਕਰਨਾ ਨੂੰ ਜੋ ਸਹੀ ਕਮਾਂਡ ਦੇਣੀ ਉਹ ਸਭ ਕੁਝ ਜਿਹੜਾ ਕੰਪਿਊਟਰ ਦੇ ਜ਼ਰੀਏ ਹੀ ਕੀਤੀ ਜਾਂਦੀ ਹੈ ਦੇ ਸੈਨਿਕ ਸੰਚਾਰ ਦੇ ਲਈ ਸੈਨਾ ਤੱਕ ਜਿਹੜੀ ਸੂਚਨਾਵਾਂ ਪਹੁੰਚਾਉਣ ਦੇ ਲਈ ਵੀ ਕੰਪਿਊਟਰਾਂ ਐਮ ਭੂਮਿਕਾ ਨਿਭਾਉਂਦਾ ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜਾ ਦੂਰ ਥਾਵਾਂ ਤੇ ਜਿਹੜੇ ਆਪਣੇ ਸੈਨਿਕਾ ਉਹ ਹੁੰਦੇ ਆ ਤਾਂ ਉਥੇ ਸਿਰਫ ਜਿਹੜਾ ਕੰਪਿਊਟਰ ਦੇ ذریعے ਹੀ ਜੋ ਨੈਟ ਦੇ ذریعے ਹੀ ਸੋ ਸੂਚਨਾਵਾਂ ਨੂੰ ਜਿਹੜਾ ਪਹੁੰਚਾਇਆ ਜਾਂਦਾ ਏ ਸੋ ਬੈਂਕਾਂ ਲਈ ਲੋਰਡ ਅੱਜ ਦੇ ਸਮੇਂ ਵਿੱਚ ਬੈਂਕਾਂ ਦਾ ਪੂਰਾ ਕੰਮ ਕੰਪਿਊਟਰ ਦੁਆਰਾ ਹੀ ਕੀਤਾ ਜਾਂਦਾ ਹੈ 뱅킹 ਖਾਤੇ ਪੈਸੇ ਦਾ ਲੈਣ ਦੇਣ ਵਿਆਜ ਮੂਲ ਸਹੂਲਤਾਂ ਲਈ ਕੰਪਿਊਟਰ ਦੀ ਬਹੁਤ ਲੋੜ ਹੈ ਸੋ ਬੈਂਕਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਜਿੰਨਾ ਵੀ ਕੰਮ ਹੁੰਦਾ ਕੰਪਿਊਟਰ ਤੇ ਹੀ ਕੀਤਾ ਜਾਂਦਾ ਕੋਈ ਵੀ ਤੁਸੀਂ ਨਵਾਂ ਖਾਤਾ ਖਲਵਾਉਣਾ ਹੈ ਕੋਈ ਵੀ ਆਪਣਾ ਅਕਾਊਂਟ ਬੰਦ ਕਰਵਾਉਣਾ ਆਪਣੇ ਪੈਸੇ ਦਾ ਲੈਣ ਦੇਣ ਕਰਨਾ ਆਨਲਾਈਨ ਪੇਮੈਂਟ ਕਰਨੀ ਹੈ ਤੁਸੀਂ ਤਾਂ ਉਹ ਸਭ ਕੁਝ ਜਿਹੜਾ ਕੰਪਿਊਟਰ ਦੇ ਦੁਆਰਾ ਹੀ ਹੁੰਦਾ ਹੈ ਤਾਂ ਬੈਂਕਾਂ ਦੇ ਵਿੱਚ ਇਹਦੀ ਜਿਹੜੀ ਬਹੁਤ ਹੀ ਜ਼ਿਆਦਾ ਜਿਹੜੀ ਲੋਡ ਉਹ ਹੈਗੀ ਹੈ ਸੋ ਨਿਰ ਨੂੰ ਪੂਰਾ ਕਰ ਰਿਹਾ ਕੰਪਿਊਟਰ ਖਬਰ ਅਤੇ ਵਿਗਿਆਪਨ ਲਈ ਲੋੜ ਕੰਪਿਊਟਰ ਦਾ ਪ੍ਰਯੋਗ ਵਿਗਿਆਪਨਾਂ ਅਤੇ ਖਬਰ ਪ੍ਰਸਤੁਤੀ ਕਰਨ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ਕਿਸੇ ਵਸਤੂ ਨੂੰ ਖਰੀਦਣ ਵੇਚਣ ਲਈ ਵੀ ਵੱਖ-ਵੱਖ ਵੈੱਬਸਾਈਟ ਸ਼ਾਪ ਸਨੈਬੀਡ ਆਦਿ ਵਿੱਚ ਕੰਪਿਊਟਰ ਦਾ ਪ੍ਰਯੋਗ ਕੀਤਾ ਜਾਂਦਾ ਸੋ ਬਹੁਤ ਸਾਰੇ ਜਿਹੜੇ ਵਿਗਿਆਪਨ ਐ ਜੋ ਖਬਰਾਂ ਨੇ ਉਹ ਵੀ ਕੰਪਿਊਟਰ ਦੇ ذریعے ਹੀ ਸੋਸ਼ਲ ਮੀਡੀਆ ਤੇ ਜੋ ਹੈ ਅਪਲੋਡੋ ਕੀਤੀਆਂ ਜਾਂਦੀਆਂ ਨੇ ਸੋ ਬਹੁਤ ਸਾਰੀਆਂ ਅਜਹੀਆਂ ਵੀ ਜੋ ਸਾਈਟਸ ਹੈਗੀਆਂ ਨੇ ਜੋ ਸਿਰਫ ਵਿਗਿਆਪਨ ਦੇ ਨਾਲ ਹੀ ਸਬੰਧਤ ਹੈ ਸੋ ਕੰਪਿਊਟਰ ਦੇ ذریعے ਆਪਣੇ ਲੋਕਾਂ ਨੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਬਿਜ਼ਨਸ ਹੈ ਉਹਨਾਂ ਨੂੰ ਖੜਾ ਕੀਤਾ ਹੋਇਆ ਹੈ ਸੋ ਉਨਾਂ ਦੇ ਰਾਹੀਂ ਹੋ ਗਿਆ ਵਿਗਿਆਪਨ ਕਰਦੀਆਂ ਜੋ ਖਬਰਾਂ ਦਿੰਦੇ ਐ ਸੋ ਬਹੁਤ ਸਾਰੇ ਜਿਹੜੇ ਇਦਾਂ ਨੇ ਜਿਹੜੀਆਂ ਵੈਬਸਾਈਟਸ ਆ ਉਹ ਬਣੀਆਂ ਹੋਈਆਂ ਨੇ ਸੋ ਇਹਨਾਂ ਵੈਬਸਾਈਟ ਨੂੰ ਸਿਰਫ ਕੰਪਿਊਟਰ ਦੇ ਜ਼ਰੀਏ ਹੀ ਹੈਂਡਲ ਕੀਤਾ ਜਾ ਸਕਦਾ ਸੋ ਇੱਕ ਪ੍ਰਕਾਰ ਦਾ ਇਹ ਜਿਹੜਾ ਜੌਬ ਅਪ ਅਪਰਚੂਨਿਟੀ ਵੀ ਜਿਹੜੀ ਬਣੀ ਹੋਈ ਆ ਕੰਪਿਊਟਰ ਅੱਜ ਦੇ ਟਾਈਮ ਦੇ ਵਿੱਚ ਕੰਪਿਊਟਰ ਤੋਂ ਬਿਨਾ ਜਿਹੜਾ ਇਹ ਆਪਣੀ ਜਿਹੜੀ ਡਵੈਲਪਮੈਂਟ ਆ ਉਹ ਦੇਸ਼ ਆਪਣਾ ਉਹ ਨਹੀਂ ਕਰ ਸਕਦਾ ਨੈਕਸਟ ਆਗਾਜੀ ਵਪਾਰ ਵਿੱਚ ਲੋੜ ਵਪਾਰ ਵਿੱਚ ਵੀ ਕੰਪਿਊਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਵਸਤੂਆਂ ਦਾ ਲੈਣ ਦੇਣ ਅੰਕੜਿਆਂ ਦਾ ਰਿਕਾਰਡ ਆਸਾਨੀ ਨਾਲ ਰੱਖਿਆ ਜਾਂਦਾ ਹੈ ਸੋ ਵਪਾਰ ਵਿੱਚ ਵੀ ਕੰਪਿਊਟਰ ਦਾ ਬਹੁਤ ਸਾਰਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ ਵਸਤੂਆਂ ਦਾ ਲੈਣ ਦੇਣ ਕੀਤਾ ਜਾਂਦਾ ਹੈ ਜਾਂ ਆਸਾਨੀ ਨਾਲ ਜੋ ਰਿਕਾਰਡ ਹੈ ਉਹ ਵੀ ਰੱਖਿਆ ਜਾਂਦਾ ਹੈ ਸੋ ਵਪਾਰ ਦੇ ਵਿੱਚ ਵੀ ਕੰਪਿਊਟਰ ਦੀ ਬਹੁਤ ਸਾਰੀ ਲੋੜ ਹੈ ਆਪਾਂ ਜਿਹੜੀਆਂ ਆਸਾਨੀ ਦੇ ਨਾਲ ਹੀ ਜਿਹੜੀਆਂ ਆਸਾਨੀ ਦੇ ਨਾਲ ਜਿਹੜੇ ਵਸਤੂਆਂ ਦਾ ਜਿਹੜਾ ਲੈਣਦੇ ਨੇ ਉਹ ਆਪਾਂ ਕਰ ਸਕਦੇ ਹਾਂ ਸੋ ਆਪਾਂ ਆਨਲਾਈਨ ਜੋ ਸ਼ਾਪਿੰਗ ਕਰਦੇ ਆ ਉਹ ਵੀ ਆਪਾਂ ਜਿਹੜਾ ਆਨਲਾਈਨ ਹੀ ਪੇਮੈਂਟ ਕਰ ਦਿੰਨੇ ਆ ਸੋ ਚੀਜ਼ ਆਪਣੇ ਤੱਕ ਆਪਣੇ ਘਰ ਤੱਕ ਜਿਹੜੀ ਪਹੁੰਚ ਜਾਂਦੀ ਹੈ ਸੋ ਇਹ ਸਭ ਕੁਝ ਜਿਹੜਾ ਕੰਪਿਊਟਰ ਦੇ ਜ਼ਰੀਏ ਜੋ ਨੈਟ ਦੇ ਜ਼ਰੀਏ ਹੀ ਪੋਸੀਬਲ ਹੋ ਪਾ ਰਿਹਾ ਹੈ ਆਫਿਸ ਆਫਿਸ ਵਿੱਚ ਲੋਡ ਅੱਜ ਦੀ ਭੱਜਾ ਦੌੜ ਵਾਲੀ ਜ਼ਿੰਦਗੀ ਅਤੇ ਕੰਮਾਂ ਦੀ ਵਧ ਰਹੀ ਗਿਣਤੀ ਦੇ ਸਮੇਂ ਆਫਿਸ ਵਿੱਚ ਵੀ ਕੰਪਿਊਟਰ ਦੀ ਬਹੁਤ ਲੋੜ ਹੈ ਸੋ ਕੰਪਿਊਟਰ ਦੀ ਅੱਜ ਹਰ ਇੱਕ ਥਾਂ ਤੇ ਹੀ ਬਹੁਤ ਜ਼ਰੂਰਤ ਹੈ ਸਿਰਫ ਸਕੂਲਾਂ ਕਾਲਜਾਂ ਦੇ ਵਿੱਚ ਹੀ ਨਹੀਂ ਆਫਿਸ ਦੇ ਵਿੱਚ ਬੈਂਕਾਂ ਦੇ ਵਿੱਚ ਹਰ ਇੱਕ ਥਾਂ ਕੋਈ ਵੀ ਅਜਿਹਾ ਖੇਤਰ ਨਹੀਂ ਹੈਗਾ ਜਿੱਥੇ ਕਿ ਕੰਪਿਊਟਰ ਦੀ ਜ਼ਰੂਰਤ ਨਹੀਂ ਆ ਹਰ ਇੱਕ ਥਾਂ ਤੇ ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਦੀ ਜ਼ਰੂਰਤ ਬਹੁਤ ਹੀ ਜ਼ਿਆਦਾ ਹੈ ਸੋ ਨੈਕਸਟ ਆ ਗਿਆ ਜੀ ਇੰਪੋਰਟੈਂਸ ਆਫ ਕੰਪਿਊਟਰ ਪਹਿਲਾਂ ਆਪਾਂ ਨੀਡਸ ਕੀਤੀਆਂ ਸੀ ਹੁਣ ਆਪਾਂ ਇੰਪੋਰਟੈਂਸ ਕਰਨੀ ਹੈ ਡੋਨਾਲਡ ਐਚ ਸੈਡਰਸ ਦੇ ਅਨੁਸਾਰ ਹੈ ਕੰਪਿਊਟਰ ਇੱਕ ਇਲੈਕਟ੍ਰੋਨਿਕ ਚਿੰਨ ਵਿਸ਼ਲੇਸ਼ਣ ਪદ્ધਤੀ ਹੈ ਜੋ ਡਾਟਾ ਨੂੰ ਸਵਚਾਲਿਤ ਢੰਗ ਨਾਲ ਪ੍ਰਾਪਤ ਕਰਨ ਅਤੇ ਭੇਜੇ ਗਏ ਡਾਟਾ ਨੂੰ ਜਮ੍ਹਾਂ ਕਰਨ ਪ੍ਰੋਸੈਸ ਕਰਨ ਅਤੇ ਪੈਦਾ ਹੋਏ ਪਰਨਾਮਾਂ ਦੇ ਲਈ ਉਸੇ ਤਰ੍ਹਾਂ ਵਿਸਤ੍ਰਿਤ ਰੂਪ ਵਿੱਚ ਪ੍ਰਦਾਨ ਕਰਨ ਦੇ ਲਈ ਨਿਰਮਿਤ ਅਤੇ ਵਿਕਸਿਤ ਕੀਤੀ ਗਈ ਹੈ ਸੋ ਕੰਪਿਊਟਰ ਇੱਕ ਇਲੈਕਟ੍ਰੋਨਿਕ ਚਿੰਨ ਪદ્ધਤੀ ਹੈ ਇੱਕ ਹੀ ਕਰਦਾ ਹੈ ਡਾਟਾ ਨੂੰ ਜਿਹੜਾ ਸਵਚਾਲੇ ਢੰਗ ਨਾਲ ਉਹਨੂੰ ਪ੍ਰਾਪਤ ਕਰਦਾ ਹੈ ਪਹਿਲਾਂ ਆਪਾਂ ਨੂੰ ਜੋ ਵੀ ਕਮਾਂਡ ਦਿੰਨੇ ਆ ਉਹਨੂੰ ਪ੍ਰਾਪਤ ਕਰਦਾ ਹੈ ਉਹਨੂੰ ਆਪਦੇ ਵਿੱਚ ਜਮਾ ਕਰਕੇ ਵੀ ਰੱਖਦਾ ਹੈ ਠੀਕ ਹੈ ਸੇਵ ਕਰਕੇ ਰੱਖਦਾ ਹੈ ਉਹਨੂੰ ਪ੍ਰੋਸੈਸ ਕਰਦਾ ਹੈ ਫਿਰ ਆਪਾਂ ਨੂੰ ਸਹੀ ਜੋਨ ਦੇ ਰਿਜ਼ਲਟ ਹੁੰਦੇ ਨੇ ਉਹ ਆਪਣੇ ਸਾਹਮਣੇ ਲਿਆ ਕੇ ਸਕਰੀਨ ਤੇ ਜਿਹੜੇ ਸ਼ੋਅ ਹੈ ਉਹ ਘਰੋ ਆ ਦਿੰਦਾ ਹੈ ਸੋ ਬਹੁਤ ਹੀ ਇਹ ਜਿਹੜਾ ਕੰਮ ਕਰਦਾ ਉਹ ਬਹੁਤ ਹੀ ਜਿਹੜਾ ਸਮ ਸੂਜ ਦੇ ਨਾਲ ਬਹੁਤ ਹੀ ਜਿਹੜੇ ਸਹੀ ਪੈਟਰਨ ਦੇ ਨਾਲ ਹੀ ਕਰਦਾ ਹੈ ਸੋ ਇਹਦੇ ਵਿੱਚ ਫਰਸਟ ਕੁਐਸਚਨ ਆ ਗਿਆ ਜੀ ਇੰਪੋਰਟੈਂਸ ਦੇ ਵਿੱਚ ਉਪਭੋਗ ਉਪਭੋਗਿਤਾ ਅੱਜ ਦੇ ਸਮੇਂ ਵਿੱਚ ਕੋਈ ਵੀ ਕਾਰਜ ਤੇਜ਼ ਗਤੀ ਨਾਲ ਕੰਪਿਊਟਰ ਤੋਂ ਬਿਨਾ ਨਹੀਂ ਕੀਤਾ ਜਾ ਸਕਦਾ ਇਸ ਕਾਰਨ ਕੰਪਿਊਟਰ ਬਹੁਤ ਮਹੱਤਤਾ ਰੱਖਦਾ ਹੈ ਸੋ ਕੋਈ ਵੀ ਅਜਿਹਾ ਸੈਕਟਰ ਨਹੀਂ ਹੈ ਜਿੱਥੇ ਕਿ ਜਿਹੜਾ ਕੰਪਿਊਟਰ ਤੋਂ ਬਿਨਾ ਜਿਹੜਾ ਕੰਮ ਉਹ ਕੀਤਾ ਜਾ ਸਕੇ ਤੇ ਤਰੱਕੀ ਹੋ ਜੇ ਸੋ ਕੰਪਿਊਟਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਹਰ ਇੱਕ ਖੇਤਰ ਦੇ ਵਿੱਚ ਜੋ ਕੰਪਿਊਟਰ ਹੈਗਾ ਉਥੇ ਗਤੀ ਆ ਉਥੇ ਕੰਮ ਜਲਦੀ ਹੋਣਗੇ ਜੇਕਰ ਕੰਪਿਊਟਰ ਕਿਤੇ ਨਹੀਂ ਹੈਗਾ ਤਾਂ ਉਥੇ ਤਰੱਕੀ ਨਹੀਂ ਹੋ ਸਕਦੀ ਉਥੇ ਗਤੀ ਨਹੀਂ ਵੇਖਣ ਨੂੰ ਮਿਲੇਗੀ ਸੋ ਕੰਪਿਊਟਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਮਹੱਤਤਾ ਹੈ ਉਹ ਰੱਖਦਾ ਹੈ ਕੋਈ ਪੱਖਪਾਤ ਨਹੀਂ ਕੰਪਿਊਟਰ ਕਿਸੇ ਨਾਲ ਵੀ ਕੰਮ ਕਰਨ ਦੇ ਖੇਤ ਵਿੱਚ ਪੱਖਪਾਤ ਨਹੀਂ ਕਰਦਾ ਹਮੇਸ਼ਾ ਹੀ ਸਹੀ ਨਤੀਜੇ ਤੁਹਾਨੂੰ ਦਿੰਦਾ ਹੈ ਸੋ ਜਿਹੜਾ ਕੰਪਿਊਟਰ ਹੈ ਉਹ ਕੋਈ ਵੀ ਜਿਹੜਾ ਪੱਖਪਾਤ ਨਹੀਂ ਕਰਦਾ ਤਾਂ ਹਮੇਸ਼ਾ ਹੀ ਜਿਹੜੇ ਆ ਸਹੀ ਰਿਜ਼ਲਟ ਦਿੰਦਾ ਏ ਨਹੀਂ ਹੈਗਾ ਕਿ ਤਿੰਨ ਜਨਿਆਂ ਕੋਲ ਚਾਰ ਜਨਿਆਂ ਕੋਲ ਕੰਪਿਊਟਰ ਹੈ ਤਾਂ ਸਾਰਿਆਂ ਨੂੰ ਅਲੱਗ-ਅਲੱਗ ਰਿਜ਼ਲਟ ਦਿੰਦਾ ਨਹੀਂ ਉਹ ਸਾਰਿਆਂ ਦੇ ਨਾਲ ਜਿਹੜਾ ਇੱਕੋ ਜਿਹਾ ਹੀ ਜਿਹੜਾ ਏ ਰਿਜ਼ਲਟ ਦਿੰਦਾ ਏ ਸੋ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕਰਦਾਗਾ ਸੋ ਕੋਈ ਵੀ ਜੋ ਕਮਾਂਡ ਦਿੱਤੀ ਜਾਂਦੀ ਹੁੰਦੀ ਹੈ ਜਿਹੜੇ ਸਹੀ ਰਿਜ਼ਲਟ ਹੈ ਸਭ ਨੂੰ ਹੀ ਉਹ ਪ੍ਰੋਵਾਈਡ ਕਰਵਾਉਂਦਾ ਏ ਨੈਕਸਟ ਆ ਗਈ ਜੀ ਤੇਜ਼ ਗਤੀ ਕੰਪਿਊਟਰ ਮਿੰਟਾ ਸਕਿੰਟਾਂ ਦੇ ਵਿੱਚ ਗੱਣਾ ਕਰ ਦਿੰਦਾ ਹੈ ਕੰਪਿਊਟਰ ਦੀ ਕੰਮ ਕਰਨ ਦੀ ਤੇਜ਼ ਗਤੀ ਅੱਜ ਦੇ ਸਮੇਂ ਵਿੱਚ ਬਹੁਤ ਮੱਤਤਾ ਰੱਖਦੀ ਹੈ ਸੋ ਕੰਪਿਊਟਰ ਜਿਹੜਾ ਹੈ ਤੇਜ਼ ਗਤੀ ਦੇ ਨਾਲ ਜਿਹੜਾ ਹੈ ਇਹ ਕੰਮ ਕਰਦਾ ਹੈ ਸੋ ਕੋਈ ਵੀ ਬਹੁਤ ਸਾਰਾ ਜੋ ਲਾਲੂਤੀ ਡਿਜੀਟ ਹੁੰਦੇ ਨੇ ਆਪਾਂ ਉਹਦੇ ਜਿਹੜਾ ਪਲੱਸ ਹੀ ਕਰਨਾ ਤਾਂ ਬਹੁਤ ਹੀ ਮਿੰਟਾ ਸਕਿੰਟਾਂ ਦੇ ਵਿੱਚ ਹੀ ਉਹ ਜਿਹੜੀ ਗੱਣਾ ਉਹਦੀ ਕਰ ਦਿੰਦਾ ਹੈ ਸੋ ਕਮ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈ ਕੰਪਿਊਟਰ ਦੀ ਇਹ ਤੇਜ਼ ਗਤੀ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈ ਤਾਂ ਇਹ ਸਿਰਫ ਜੜੀ ਤੇਜ਼ ਗਤੀ ਨਾਲ ਕੰਮ ਕਰਨ ਦਾ ਜੋ ਕੰਮ ਕਰਨਾ ਜੋ ਸਿਰਫ ਕੰਪਿਊਟਰ ਹੀ ਪੂਰਾ ਕਰ ਸਕਦਾ ਹੈ ਤੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੈ ਉਹ ਕੰਮ ਕਰ ਦਿੰਦਾ ਹੈ ਕੰਪਿਊਟਰ ਇੱਕ ਸਿਸਟਮ ਦੇ ਅਨੁਸਾਰ ਕੰਮ ਕਰਦਾ ਹੈ ਕੰਪਿਊਟਰ ਦੀ ਕਾਰਜ ਪ੍ਰਣਾਲੀ ਦਾ ਆਧਾਰ ਮਨੋਖ ਹੈ ਮਨੁੱਖ ਦੁਆਰਾ ਕਾਰਜ ਕੰਪਿਊਟਰ ਤੱਕ ਪਹੁੰਚਾਇਆ ਜਾਂਦਾ ਉਸ ਤੋਂ ਬਾਅਦ ਕੰਪਿਊਟਰ ਪ੍ਰੋਸੈਸ ਕਰਕੇ ਕੰਮ ਨੂੰ ਸਮੇਂ ਸਿਰ ਪੂਰਾ ਕਰਦਾ ਹੈ ਸੋ ਕੰਪਿਊਟਰ ਹੈ ਜਿਹੜਾ ਇੱਕ ਸਿਸਟਮ ਦੇ ਅਨਸਾਰ ਕੰਮ ਕਰਦਾ ਹੈ ਕੰਪਿਊਟਰ ਬੰਦ ਦਾ ਤਾਂ ਉਹ ਆਪਣੇ ਆਪ ਵਰਕ ਨਹੀਂ ਕਰੂਗਾ ਜਿੰਨਾ ਟਾਈਮ ਕੋਈ ਵੀ ਉਹਨੂੰ ਜਿਹੜਾ ਕਮਾਂਡ ਨਹੀਂ ਦਿੰਦਾ ਠੀਕ ਹੈ ਤਾਂ ਇਹ ਜਿਹੜੇ ਕਮਾਂਡ ਕੋੰਨ ਦਿੰਦਾ ਇੱਕ ਆਪਾ ਦਿੰਨੀ ਆ ਠੀਕ ਹੈ ਮਨੁੱਖ ਦਿੰਦਾ ਸੋ ਮਨੁੱਖ ਉਹਨੂੰ ਕਮਾਂਡ ਦਿੰਦਾ ਫਿਰ ਉਹ ਕੰਪਿਊਟਰ ਤਾਂ ਉਹਦੇ ਤੱਕ ਪਹੁੰਚਦੀ ਆ ਫਿਰ ਉਹ ਪ੍ਰੋਸੈਸ ਕਰਦਾ ਤੇ ਫਿਰ ਉਹ ਜਿਹੜੇ ਰਿਜ਼ਲਟ ਆ ਉਹ ਆਪਣੇ ਤੱਕ ਲੈ ਕੇ ਆਉਂਦਾ ਏ ਠੀਕ ਹੈ ਆਪਣੇ ਆਪ ਵਰਕ ਨਹੀਂ ਕੰਪਿਊਟਰ ਕਰ ਸਕਦਾ ਜਿੰਨਾ ਟਾਈਮ ਮਨੁੱਖ ਨੂੰ ਜਿਹੜਾ ਏ ਕਮਾਂਡ ਆ ਉਹ ਨਹੀਂ ਦਿੰਦਾ ਜ ਜਉਨ ਨੂੰ ਜਿਹੜੀ ਇਨਪੁਟ ਹੈ ਉਹ ਨਹੀਂ ਦਿੰਦਾ ਨੈਕਸਟ ਆ ਗਿਆ ਜੀ ਸਪਸ਼ਟ ਹਰ ਕਾਰਜ ਦਾ ਸਪਸ਼ਟ ਨਤੀਜਾ ਕੰਪਿਊਟਰ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਜੋ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਹੈ ਹਰ ਕਾਰਜ ਦਾ ਜਿਹੜਾ ਸਹੀ ਨਤੀਜਾ ਤੇ ਸਪਸ਼ਟ ਨਤੀਜਾ ਸਿਰਫ ਕੰਪਿਊਟਰ ਹੀ ਜਿਹੜਾ ਆਪਾਂ ਨੂੰ ਪ੍ਰਾਪਤ ਪ੍ਰੋਵਾਈਡ ਆਪਾਂ ਨੂੰ ਕਰਵਾ ਸਕਦਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਕੰਪਿਊਟਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈਗੀ ਆ ਕਰੋਨਾ ਕਾਲ ਵਿੱਚ ਮਹੱਤਤਾ कोरोना काल ਵਿੱਚ ਤਾਂ ਕੰਪਿਊਟਰ ਦੀ ਮਹੱਤਤਾ ਹੋਰ ਜ਼ਿਆਦਾ ਵੱਧ ਗਈ ਹੈ ਸਿੱਖਿਆ ਵਪਾਰ ਹਰ ਖੇਤਰ ਵਿੱਚ ਇਸ ਨੇ ਆਪਣਾ ਬਹੁਤ ਯੋਗਦਾਨ ਦਿੱਤਾ ਹੈ ਸੋ ਇਹਦੇ ਬਾਰੇ ਵੀ ਸਮਝਾਉਣੀ ਜ਼ਰੂਰਤ ਨਹੀਂ ਹੈ ਰਿਕਾਰਡ ਰੱਖਣ ਵਿੱਚ ਸਹਾਇਕ ਕੰਪਿਊਟਰ ਰਿਕਾਰਡ ਰੱਖਣ ਵਿੱਚ ਬਹੁਤ ਮਦਦਤਾ ਰੱਖਦਾ ਹੈ ਅਸੀਂ ਰਿਕਾਰਡ ਨੂੰ ਉਦੋਂ ਤੱਕ ਸੇਵ ਕਰਕੇ ਰੱਖ ਸਕਦੇ ਹਾਂ ਜਦ ਤੱਕ ਅਸੀਂ ਖੁਦ ਇਸ ਨੂੰ ਡਿਲੀਟ ਨਹੀਂ ਕਰਦੇ ਸੋ ਬਹੁਤ ਸਾਰਾ ਜਿਹੜਾ ਰਿਕਾਰਡ ਹੁੰਦਾ ਤਾਂ ਆਪਾਂ ਨੂੰ ਕੰਪਿਊਟਰ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹਾਂ ਤੇ ਕੰਪਿਊਟਰ ਆਪਨੇ ਆਪ ਜਿਹੜਾ ਡਿਲੀਟ ਉਹ ਨੂੰ ਨਹੀਂ ਕਰਦਾ ਜਿੰਨਾ ਟਾਈਮ ਆਪਾਂ ਖੁਦ ਡਿਲੀਟ ਨਹੀਂ ਕਰਦੇ ਉਹ ਬਹੁਤ ਹੀ ਜਿਹੜੇ ਪੁਰਾਣੇ ਰਿਕਾਰਡ ਵੀ ਜਿਹੜੇ ਕੰਪਿਊਟਰ ਦੇ ਵਿੱਚ ਹੈ ਉਹ ਸਕੈਮ ਉਹ ਸੇਵ ਰਹਿੰਦੇ ਨੇ ਜੋ ਰਿਕਾਰਡ ਰੱਖਣ ਦੇ ਵਿੱਚ ਜਿਹੜਾ ਕੰਪਿਊਟਰ ਆਪਣੀ ਬਹੁਤ ਹੀ ਜ਼ਿਆਦਾ ਸਹਾਇਤਾ ਕਰਦਾ ਹੈ ਕੰਪਿਊਟਰ ਇੱਕ ਸਮੇਂ ਲਈ ਕਾਰਜ ਕਰ ਸਕਦਾ ਹੈ ਕੰਪਿਊਟਰ ਦੇ ਵਿੱਚ ਅਸੀਂ ਕਈ ਕਈ ਟੈਬ ਨੂੰ ਓਪਨ ਕਰ ਸਕਦੇ ਹਾਂ ਅਲੱਗ-ਅਲੱਗ ਕੰਮ ਇੱਕੋ ਸਮੇਂ ਕੰਪਿਊਟਰ ਕਰ ਸਕਦਾ ਹੈ ਪਰ ਇੱਕ ਮਨੁੱਖ ਬਹੁਤ ਸਾਰੇ ਕੰਮ ਨਹੀਂ ਕਰ ਸਕਦਾ ਕੰਪਿਊਟਰ ਹੈ ਜੋ ਇੱਕ ਸਮੇਂ ਕਈ ਕਾਰਜ ਕਰ ਸਕਦਾ ਹੁੰਦੇ ਵਿੱਚ ਆਪਾਂ ਬਹੁਤ ਸਾਰੀਆਂ ਜਿਹੜੀਆਂ ਵਿੰਡੋਜ਼ ਆ ਉਹਨੂੰ ਆਪਾਂ ਓਪਨ ਕਰ ਸਕਦੇ ਆ ਉਹਨਾਂ ਨੇ ਆਪਾਂ ਆਈਕਨਸ ਨੂੰ ਓਪਨ ਜੋ ਹੈ ਉਹਨੂੰ ਕਰ ਸਕਦੇ ਆ ਸੋ ਸਿਰਫ ਜਿਹੜਾ ਮਨੁੱਖ ਹੈ ਜੇਕਰ ਉਹ ਇੱਕ ਟਾਈਮ ਦੇ ਵਿੱਚ ਸਿਰਫ ਇੱਕ ਹੀ ਕੰਮ ਨੂੰ ਕਰ ਸਕਦਾ ਬਟ ਜੋ ਕੰਪਿਊਟਰ ਹੈ ਉਹ ਮਲਟੀ ਜਿਹੜੇ ਕੰਮ ਹੈ ਉਹ ਕਰ ਸਕਦਾ ਹੈ ਸੋ ਮਲ ਕਈ ਜਿਹੜੀਆਂ ਟੈਬਸ ਆਪਾਂ ਨਾਲ ਓਪਨ ਕਰ ਸਕਦੇ ਹਾਂ ਤੇ ਇੱਕੋ ਸਮੇਂ ਦੇ ਵਿੱਚ ਕੰਪਿਊਟਰ ਬਹੁਤ سارے ਜਿਹੜੇ ਕੰਮ ਹੈ ਉਹ ਕਰ ਸਕਦਾ ਹੈ ਤੇ ਇਹ ਜੇ ਕ ਕੰਮ ਮਨੁੱਖ ਇੱਕ ਨਹੀਂ ਕਰ ਸਕਦਾ ਉਸ ਤੋਂ ਅਗੇ ਲਿਖਣਾ ਜੀ ਆਪਾਂ ਕਨਕਲੂਜਨਸ ਆਫ ਫਾਈਨਲ ਥਾਟ ਅਜੋਗੇ ਸਮੇਂ ਵਿੱਚ ਕੰਪਿਊਟਰ ਦਾ ਬਿਨਾ ਜ਼ਿੰਦਗੀ ਦੇ ਰਫਤਾਰ ਘਟ ਜਾਵੇਗੀ ਲੋਕਾਂ ਦਾ ਵਿਕਾਸ ਨਹੀਂ ਹੋ ਸਕੇਗਾ ਅੱਜ ਦੇ ਸਮੇਂ ਵਿੱਚ ਕੰਪਿਊਟਰ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਕੰਪਿਊਟਰ ਅੱਜ ਦੇ ਸਮੇਂ ਵਿੱਚ ਬਹੁਤ ਮੱਤਤਾ ਰੱਖਦਾ ਹੈ ਮਿੰਟਾਂ ਸਕਿੰਟਾਂ ਵਿੱਚ ਇੱਕ ਮਨੁੱਖ ਆਪਣੇ ਕੰਮ ਕਰ ਕਰ ਸਕਦਾ ਹੈ ਸੋ ਜੋ ਕੇ ਸਮੇਂ ਵਿੱਚ ਕੰਪਿਊਟਰ ਦਾ ਬਿਨਾ ਜਿਹੜੀ ਜ਼ਿੰਦਗੀ ਦੀ ਰਫ਼ਤਾਰ ਹੈ ਉਹ ਬਹੁਤ ਜ਼ਿਆਦਾ ਜਿਹੜੀ ਘਟ ਜਾਵੇਗੀ ਤੇ ਲੋਕਾਂ ਦਾ ਵਿਕਾਸ ਜਲਦੀ ਨਹੀਂ ਹੋ ਸਕੇਗਾ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਹੈ ਕੰਪਿਊਟਰ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਜਿਹਨੂੰ ਕੰਪਿਊਟਰ ਦੀ ਨੌਲੇਜ ਨਹੀਂ ਹੈ ਤਾਂ ਉਹ ਪਿੱਛੇ ਰਹਿ ਜਾਵੇਗਾ ਅੱਜ ਦੇ ਟਾਈਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਜੇਕਰ ਨੇ ਡਵੈਲਪਮੈਂਟ ਕਰਨੀ ਹੈ ਆਪਣਾ ਵਿਕਾਸ ਚਾਹੁੰਦਾ ਹੈ ਉਹ ਆਪਣੇ ਪਰਿਵਾਰ ਦਾ ਆਪਣੇ ਘਰ ਦਾ ਤੁਹਾਨੂੰ ਜਿਹੜੀ ਕੰਪਿਊਟਰ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਇਹਦੀ ਬਹੁਤ ਮਦਦ ਹੈ ਜਿਹੜਾ ਕੰਮ ਕਰਨ ਦੇ ਵਿੱਚ ਕਈ ਦਿਨ ਲੱਗ ਜਾਂਦੇ ਨੇ ਕੰਪਿਊਟਰ ਉਹਨਾਂ ਕੰਮਾਂ ਨੂੰ ਬਹੁਤ ਹੀ ਜਲਦੇ ਤਰੀਕੇ ਦੇ ਨਾਲ ਬਹੁਤ ਹੀ ਜਲਦੀ ਕਰ ਸਕਦਾ ਹੈ ਤੇ ਉਹ ਖਾਸ ਤੌਰ ਤੇ ਜਿਹੜਾ ਹੈ ਹਿਸਾਬ ਜੋ ਰੱਖਣਾ ਹੁੰਦਾ ਜੋ ਰਿਕਾਰਡ ਮੇਨਟੇਨ ਕਰਨਾ ਹੁੰਦਾ ਸੋ ਇਸ ਗੱ디 ਤੁਹਾਡਾ ਕੰਪਿਊਟਰ ਦੇ ਨਾਲ ਸੰਬੰਧਿਤ ਨੋਟਸ ਨੀਡਸ ਇੰਪੋਰਟੈਂਸ ਤੇ ਕੰਪਿਊਟਰ ਦਾ मीनिंग ਸੋ ਨੈਕਸਟ ਆਪਾਂ ਮੈਂ ਹੋਰ ਵੀ ਜਿਹੜੇ ਨੋਟਸ ਐ ਜਰੂਰ ਅਪਲੋਡ ਕਰਾਂਗੀ ਸੋ ਬਾਕੀ ਵੀਡੀਓਜ਼ ਵੀ ਤੁਸੀਂ ਜਰੂਰ ਦੇਖੋ ਪ੍ਰੈਕਟੀਕਲ ਫਾਈਲਸ ਦੇ ਨਾਲ ਸੰਬੰਧਿਤ ਹਰ ਇੱਕ ਇਨਫੋਰਮੇਸ਼ਨ ਹੈ ਜੀ ਸੋ ਬਾਕੀ ਵੀਡੀਓਜ਼ ਵੀ ਮੈਂ ਤੁਹਾਨੂੰ ਜਲਦੀ ਪ੍ਰੋਵਾਈਡ ਆ ਉਹ ਕਰਵਾ ਦਵਾਂਗੀ ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ